ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੀਤਿਕਾ ਸ਼ਰਮਾ ਬਠਿੰਡੇ ਸ਼ਹਿਰ ਤੋਂ ਲੈ ਕੇ ਆਏ ਭੈਣ ਨੂੰ। ਗੀਤਿਕਾ ਸ਼ਰਮਾ ਬਲਾਈਂਡ, ਅੱਖਾਂ ਤੋਂ ਚੱਲ ਫਿਰ ਨਹੀਂ ਸਕਦੀ, ਹੱਡੀਆਂ ਦਾ ਪਿੰਜਰ, ਜਿਹਦਾ ਵਜ਼ਨ 31 ਕਿਲੋ 500 ਗ੍ਰਾਮ, ਸਿਰਫ ਹੱਡੀਆਂ। ਬੈਂਕ ਦੇ ਵਿੱਚ ਆਫਿਸਰ ਸੀਗੀ, ਦਿੱਲੀ ਵੀ ਜੋਬ ਕੀਤੀ ਆ, ਫਿਰ ਬਠਿੰਡੇ ਦੀ ਬਦਲੀ ਹੋ ਗਈ, ਬਠਿੰਡੇ ਆ ਕੇ ਫਲੈਟ ਲੈ ਲਿਆ, ਉੱਥੇ ਰਹਿਣ ਲੱਗ ਗਈ ਭੈਣ। ਅੱਜ ਇਹ ਗੱਲ ਕਲੀਅਰ ਹੋਈ ਵੀ ਉਹ ਇਸ ਤਰ੍ਹਾਂ ਦੇ ਹਾਲਾਤਾਂ 'ਚ ਕਿਵੇਂ ਗਈ। ਉਹਨਾਂ ਦੇ ਭਾਬੀ ਜੀ ਨੇ, ਭੈਣ ਜੀ ਤੁਹਾਡਾ ਕੀ ਨਾਂ? ਲਵਲੇਸ਼ ਰਾਣੀ। ਅਤੇ ਅੱਗੋਂ ਦੋਨੇ ਮਾਮਾ ਜੀ ਨੇ ਭੈਣ ਜੀ ਦੇ, ਰਾਏਕੋਟ ਤੋਂ ਨੇ। ਡਾਕਟਰ ਸਾਹਿਬ ਕੀ ਨਾਂ ਤੁਹਾਡਾ? ਅਸ਼ੋਕ ਸ਼ਰਮਾ ਜੀ। ਮੇਰਾ ਬਲਵੰਤ ਸ਼ਰਮਾ, ਐਡਵੋਕੇਟ ਜੀ ਨੇ। ਉਹ ਭੈਣ ਦਾ ਵਿਆਹ ਹੋਇਆ, ਵਿਆਹ ਤੋਂ ਬਾਅਦ ਉਹਦੇ ਘਰ ਵਾਲੇ ਦੇ ਦਿਮਾਗ ਦੇ ਵਿੱਚ ਜਾਂ ਕਿਵੇਂ ਕੋਈ ਗੱਲ ਆਈ ਵੀ ਇਹ ਸਰਕਾਰੀ ਜੋਬ ਕਰਦੀ ਹੈ ਬੈਂਕ 'ਚ, ਵੀ ਜੇ ਇਹਦੀ ਡੈਥ ਹੋ ਜਾਵੇ ਤਾਂ ਇਹਦੀ ਨੌਕਰੀ ਤੈਨੂੰ ਮਿਲ ਜੂ। ਇਹ ਹੁਣ ਫੈਕਟ ਕੀ ਸੀਗਾ ਇਹ ਬਾਬਾ ਜਾਣਦਾ, ਪਰ ਉਸ ਟਾਈਮ ਗੀਤਿਕਾ ਭੈਣ ਨੂੰ ਇੱਕ ਦੋ ਵਾਰੀ ਐਸੇ ਚਾਂਸ ਬਣੇ, ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਜਿਹਦਾ ਡਰ ਇਹ ਭੈਣ ਦੇ ਦਿਮਾਗ 'ਚ ਇੰਨਾ ਜ਼ਿਆਦਾ ਬੈਠ ਗਿਆ, ਇੱਕ ਦੋ ਵਾਰੀ ਸਟੋਪ 'ਤੇ ਅੱਗ ਲੱਗ ਗਈ ਜਾਂ ਕੁਛ ਹੋਰ ਇੱਦਾਂ ਦੇ ਕਾਰਨ ਬਣੇ, ਫਿਰ ਕੋਰਟ 'ਚ ਲਈ ਗੱਲ, ਡਿਵੋਰਸ ਹੋ ਗਿਆ। ਉਸ ਤੋਂ ਬਾਅਦ ਇਹ ਬਾਈ ਜੀ ਹੁਣੀ ਦੱਸਦੇ ਆ ਵੀ ਗੀਤਿਕਾ ਭੈਣ ਦਾ ਇਨਸਾਨੀਅਤ ਤੋਂ ਵਿਸ਼ਵਾਸ ਹੀ ਉੱਠ ਗਿਆ, ਫਿਰ ਆਪਣੇ ਭੈਣਾਂ ਭਰਾਵਾਂ ਨਾਲ ਨਾਤਾ ਹੀ ਤੋੜ ਗਈ ਬਿਲਕੁਲ। ਜੋਬ ਵਧੀਆ ਸੀ, ਬੈਂਕ ਆਫ ਪਟਿਆਲਾ ਦੇ ਵਿੱਚ ਜੋਬ ਕਰਦੇ ਸੀ, ਅਤੇ ਉੱਥੋਂ ਥੋੜ੍ਹੇ ਟਾਈਮ ਬਾਅਦ ਰਿਜ਼ਾਇਨ ਦੇ ਦਿੱਤਾ ਬੈਂਕ ਤੋਂ ਵੀ। ਪਿਛਲੇ ਕਰੀਬ 20-25 ਸਾਲਾਂ ਤੋਂ, ਵੱਧ ਹੀ ਹੋ ਗਏ ਹੋਣੇ 30 ਸਾਲਾਂ ਤੋਂ ਹੀ, ਬਠਿੰਡੇ ਸ਼ਹਿਰ ਦੇ ਵਿੱਚ ਮਾਡਲ ਟਾਊਨ ਇਲਾਕਾ ਫੇਸ 1 ਦੇ ਵਿੱਚ ਇੱਕ ਬੈੱਡਰੂਮ ਵਾਲਾ ਛੋਟਾ ਜਿਹਾ ਫਲੈਟ ਸੀ, ਉਹਦੇ ਵਿੱਚ ਰਹਿ ਰਹੀ ਸੀ ਭੈਣ। ਉਹ ਹੁਣ ਤਾਂ ਇੰਨੀ ਮਾੜੀ ਹਾਲਤ ਹੋ ਗਈ ਸੀ, ਜਮ੍ਹਾਂ ਬਜ਼ੁਰਗ ਹੋ ਗਈ, ਹੱਡੀਆਂ ਦਾ ਪਿੰਜਰ ਬਣ ਗਈ, ਅੱਖਾਂ ਦੀ ਲਾਈਟ ਚਲੇ ਗਈ, ਦਿਖਣੋਂ ਹਟ ਗਿਆ, ਪਰ ਉਹਨੇ ਪੜ੍ਹਾਈ ਜਾਰੀ ਰੱਖੀ ਕਰਨੀ, ਜੋਬ ਛੱਡਤੀ। ਪਤਾ ਨਹੀਂ ਉਹਨੇ ਕੀ ਦਿਮਾਗ 'ਚ ਆਇਆ, ਉਹਨੇ ਬਿਊਟੀਸ਼ੀਅਨ ਦੇ ਕੋਰਸ ਕੀਤੇ, ਸਿਲਾਈ ਕਢਾਈ ਦੇ ਕੋਰਸ ਕੀਤੇ, MA ਕੀਤੀ ਹਿੰਦੀ ਦੀ, ਹੋਰ ਪਤਾ ਨਹੀਂ ਕਿੰਨੀਆਂ ਹੀ ਡਿਗਰੀਆਂ, ਕਿੰਨੀਆਂ ਹੀ ਪੜ੍ਹਾਈਆਂ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਦੀ ਆ ਰਹੀ। ਅਤੇ ਦੋ ਝੋਲੇ ਉਹਦੇ ਗਲ 'ਚ ਹੁੰਦੇ, ਉਹਦੇ ਵਿੱਚ ਉਹਦੇ ਸਰਟੀਫਿਕੇਟ, ਉਹਦੇ ਫਲੈਟ ਦੇ ਕਾਗਜ਼, ਕੁਛ ਬੈਂਕ ਦੀਆਂ ਕਾਪੀਆਂ ਅਤੇ ਚੈੱਕ ਬੁੱਕਾਂ ਲੈ ਕੇ ਉਹ ਜਿੱਧਰ ਨੂੰ ਵੀ ਜਾਂਦੀ ਉਹ ਨਾਲ ਹੀ ਜਾਂਦੀ, ਕਿਉਂਕਿ ਉਹਦੇ ਘਰ 'ਚ ਬਹੁਤ ਵਾਰ ਚੋਰੀ ਹੋ ਗਈ। ਅਲਮਾਰੀ ਸੀ ਘਰ 'ਚ ਇੱਕ ਪਈ, ਉਹ ਵੀ ਤੋੜੀ ਪਈ ਸੀ, ਕਈ ਵਾਰ ਲੋਕ ਟੁੱਟੇ ਹੋਏ ਸੀ। ਇੱਥੋਂ ਤੱਕ ਉਹਦੇ ਘਰ 'ਚ ਜਿਹੜੀ ਫਰਿੱਜ ਪਈ ਸੀ, ਉਹਦਾ ਥੱਲੇ ਮੋਟਰ ਹੁੰਦੀ, ਜਿਹੜੀ ਫਰਿੱਜ ਦੀ ਕੰਪਰੈਸ਼ਰ ਹੁੰਦਾ, ਕਿਉਂਕਿ ਚੋਰਾਂ ਤੋਂ ਫਰਿੱਜ ਤਾਂ ਚੱਕੀ ਨਹੀਂ ਸੀ ਜਾਣੀ, ਉਹ ਮੋਟਰ ਵੀ ਪੱਟ ਕੇ ਲੈ ਗਏ ਵਿੱਚੋਂ, ਕੱਟ ਗਏ ਸਿਲੰਡਰ, ਚੁੱਲ੍ਹੇ ਉਹ ਤਾਂ ਛੱਡੇ ਹੀ ਕੌਣੀ, ਕੌਲੀ, ਚਮਚਾ, ਲੀੜਾ, ਕੱਪੜਾ, ਭਾਂਡਾ ਤਾਂ ਕੁਛ ਵੀ ਨਹੀਂ ਸੀ ਜੀ। ਉਸ ਘਰ 'ਚ ਕੁਛ ਬਚਿਆ ਸੀ ਤਾਂ ਕੁਛ ਕਿਤਾਬਾਂ ਕਾਪੀਆਂ ਜਿਹੜੀਆਂ ਉਹਦੇ ਗਲ 'ਚ ਸੀ, ਝੋਲੇ 'ਚ, ਅਤੇ ਉਹਦਾ ਹੱਡੀਆਂ ਬਿਨਾਂ ਮਾਸ ਤੋਂ ਹੱਡੀਆਂ ਵਾਲਾ ਸਰੀਰ, ਅਤੇ ਬਿਨਾਂ ਲਾਈਟ ਤੋਂ ਅੱਖਾਂ, ਅਤੇ ਬਿਨਾਂ ਪਰਿਵਾਰ ਤੋਂ ਉਹ ਘਰ, ਬਿਨਾਂ ਕਿਸੇ ਆਪਣੇ ਤੋਂ ਭੈਣ, ਉਹ ਔਰਤ, ਉਹ ਮਾਂ, ਲੱਖਾਂ ਲੋਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਕੱਲੀ। ਸ਼ੁਕਰੀਆ, ਅੱਜ ਉਹਨਾਂ ਦੇ ਭਾਬੀ ਜੀ ਆਏ ਨੇ,
ਨਾਲ ਪਰਿਵਾਰਕ ਮੈਂਬਰ ਆਏ ਨੇ। ਤੁਹਾਨੂੰ ਵੀ ਸਾਡੀ ਇਹੀ ਬੇਨਤੀ ਹੈ ਜੀ, ਦੇਖੋ ਜੋ ਹੋਇਆ ਪਿੱਛੇ ਅਸੀਂ ਉਹਦੀ ਪੜੋੜਤਾ ਨਹੀਂ ਕਰਨੀ, ਨਾ ਅਸੀਂ ਕੋਈ ਨਾ ਸਾਡਾ ਕੋਈ ਤੁਹਾਡੇ ਨਾਲ ਗੁੱਸਾ ਗਿੱਲਾ। ਸਮਾਂ ਸੀ ਉਹਨੇ ਜੋ ਬੀਤਿਆ, ਬਸ ਹੁਣ ਅੱਗੋਂ ਤੋਂ ਜੇ ਤੁਸੀਂ ਵਾਕਈ ਸੁਹਿਰਦੋਂ ਸੋਚਦੇ ਹੋ ਵੀ ਅਸੀਂ ਉਹਦੀ ਮਦਦ ਕਰਨੀ ਚਾਹੁੰਦੇ ਸੀ, ਹੁਣ ਅਸੀਂ ਇੱਥੇ ਆ ਗਏ ਨੇ, ਸਾਡੇ ਕੋਲ ਅਸੀਂ ਸੰਭਾਲਾਂਗੇ, ਸੇਵਾ ਕਰਾਂਗੇ। ਇੱਕ ਤਾਂ ਸਾਡੀ ਸੰਸਥਾ ਦਾ ਇੱਕ ਪਹਿਲਾ ਅਸੂਲ ਆ ਵੀ ਅਸੀਂ ਕਿਸੇ ਦੀ ਪ੍ਰੋਪਰਟੀ ਨਹੀਂ ਕਲੇਮ ਕਰਦੇ। ਜਿਹੜਾ ਉਹਦਾ ਘਰ ਬਾਰ ਆਪਦਾ, ਉਹ ਆਪਦੀ ਜ਼ਿੰਮੇਵਾਰੀ ਸਾਂਭੋ ਤੁਸੀਂ। ਸਾਨੂੰ ਕੱਲ੍ਹ ਨੂੰ ਇਹ ਨਾ ਆਵੇ ਵੀ ਅੱਗੇ ਅਸੀਂ ਬਾਪੂ ਬੈਦਵਾਨ ਜੀ ਨੂੰ ਲਿਆਏ ਸੀ, ਉਹਨਾਂ ਦੇ ਘਰੇ ਚੋਰੀ ਹੋ ਗਈ ਬਾਅਦ 'ਚ, ਉਹ ਜ਼ਿੰਮੇਵਾਰੀ ਸਾਨੂੰ ਬੜੀ ਦਿੱਕਤ ਰਹੀ ਅਤੇ ਅਸੀਂ ਨਹੀਂ ਉਹ ਚੀਜ਼ 'ਚ ਪੈਣਾ। ਅਤੇ ਉਹ ਭੈਣ ਨੂੰ ਅਸੀਂ ਉੱਥੇ ਸਰਪੰਚ ਐੱਮ ਸੀ ਸੀ ਪਿੰਡ ਦਾ ਉੱਥੋਂ ਦਾ ਤੁਹਾਡਾ, ਉਹਨੂੰ ਅਸੀਂ ਚਾਬੀ ਦੇ ਆਏ ਸੀ। ਉੱਥੋਂ ਚਾਬੀ ਲੈ ਕੇ ਆਪਦਾ ਘਰ ਦੀ ਤੁਸੀਂ ਜਿੰਦੇ ਜਿੰਦੇ ਬਦਲ ਦਿਓ, ਸਾਰਾ ਕੁਝ ਖੁੱਲ੍ਹਾ ਹੀ ਪਿਆ। ਜੇ ਵਾਕਈ ਤੁਸੀਂ ਕੋਈ ਰਿਸ਼ਤਾ ਰੱਖਦੇ ਹੋ ਇਹਦੇ ਨਾਲ ਤਾਂ ਮਹੀਨੇ 'ਚ ਇੱਕ ਗੇੜਾ ਚਾਹੀਦਾ ਤੁਹਾਡਾ। ਅਤੇ ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਇਹ ਸਮਝਾਂਗੇ ਤੁਹਾਨੂੰ ਵੀ ਵੀ ਵਾਕਈ ਤੁਸੀਂ ਗਲਤ ਸੀ। ਉਹਨਾਂ ਦਾ ਵੀ ਆਪਾਂ ਜਿਵੇਂ ਦਿਓਰ ਦੀ ਪ੍ਰੋਬਲਮ, ਆਪਣੇ ਕੈਂਪਲਾਂ ਦੇ ਹਰ ਮਹੀਨੇ ਅਸੀਂ 5000 ਪੇਸ਼ੈਂਟ ਨੂੰ ਮੈਡੀਸਿਨ ਦਿੰਦੇ ਹਾਂ, ਉਹਦੀ ਦਵਾਈ ਸ਼ੁਰੂ ਕਰਾ ਦਿੰਦੇ ਹਾਂ, ਮਹੀਨੇ ਬਾਅਦ ਨਾਲੇ ਉਹਨੂੰ ਦਵਾਈ ਦਵਾ ਕੇ ਲੈ ਗਏ ਅਤੇ ਨਾਲੇ ਮਿਲ ਗਏ, ਉਹਨੂੰ ਲੈ ਕੇ ਆਏ ਨਾਲ, ਕੋਈ ਗੱਲ ਨਹੀਂ। ਬਸ ਜਾਣੀ ਕਿ ਰਿਕੁਐਸਟ ਆ ਸਾਡੀ, ਬਾਕੀ ਤੁਹਾਨੂੰ ਮਿਲਾਉਂਦੇ ਹਾਂ ਅਸੀਂ ਗੀਤਿਕਾ ਭੈਣ ਨੂੰ, ਠੀਕ ਹੈ। ਤੁਸੀਂ ਆਪਣਾ ਫਰਜ਼ ਨਿਭਾਓ, ਅਸੀਂ ਆਪਦਾ ਨਿਭਾਉਂਦੇ ਹਾਂ, ਬਾਕੀ ਜੋ ਕਰਮਾਂ ਦਾ।